ਨੰਗਲ ਦੇ ਨਾਲ ਲੱਗਦੇ ਪਿੰਡ ਬਰਮਲਾ ਜੋ ਕਿ ਪੰਜਾਬ ਹਿਮਾਚਲ ਬਾਰਡਰ 'ਤੇ ਸਥਿਤ ਹੈ, ਇੱਥੇ ਦੇ ਕਿਸਾਨ ਜੰਗਲੀ ਜਾਨਵਰ ਅਤੇ ਪਾਲਤੂ ਜਾਨਵਰਾਂ ਤੋਂ ਬਹੁਤ ਦੁਖੀ ਹਨ ਕਿਉਂਕਿ ਖੇਤਾਂ ਵਿੱਚ ਮੱਕੀ ਦੀ ਫਸਲ ਪੱਕ ਕੇ ਤਿਆਰ ਹੋਣ ਨੂੰ ਹੈ, ਉਸ ਤੋਂ ਪਹਿਲਾਂ ਹੀ ਇਹਨਾਂ ਜਾਨਵਰਾਂ ਨੇ ਇਹਨਾਂ ਦੀ ਮੱਕੀ ਦੀ ਫਸਲ ਨੂੰ ਬਰਬਾਦ ਕਰ ਦਿੱਤਾ ਹੈ। ਅੱਧੇ ਨਾਲੋਂ ਜ਼ਿਆਦਾ ਖੇਤ ਵਿੱਚ ਇਹਨਾਂ ਜਾਨਵਰਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸਦੇ ਕਰਕੇ ਇਹਨਾਂ ਦੀ ਮੱਕੀ ਦੀ ਫਸਲ ਬਰਬਾਦ ਹੋਈ ਹੈ। ਇਸ ਬਰਬਾਦ ਹੋਈ ਫਸਲ ਨੂੰ ਇਹ ਕਿਸਾਨ ਆਪਣੇ ਮਵੇਸ਼ੀਆਂ ਨੂੰ ਵੀ ਨਹੀਂ ਪਾ ਸਕਦੇ ਕਿਉਂਕਿ ਜੰਗਲੀ ਸੂਰ ਅਤੇ ਪਾਲਤੂ ਸੂਰਾਂ ਦੇ ਵੱਲੋਂ ਬਰਬਾਦ ਕੀਤੀ ਫਸਲ ਨੂੰ ਮਵੇਸ਼ੀ ਵੀ ਨਹੀਂ ਖਾਂਦੇ ਹਨ। ਆਪਣੀ ਫਸਲ ਨੂੰ ਬਚਾਉਣ ਲਈ ਕਿਸਾਨ ਦਿਨ ਰਾਤ ਬਸ ਖੇਤਾਂ ਵਿੱਚ ਹੀ ਰਹਿੰਦੇ ਹਨ। ਸਾਡੇ ਮਾਧਿਅਮ ਰਾਹੀਂ ਕਿਸਾਨਾਂ ਨੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕਿ ਇਹਨਾਂ ਜਾਨਵਰਾਂ ਦੇ ਕਰਕੇ ਸਾਡੀ ਫਸਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ, ਇਹਨਾਂ ਦੇ ਉੱਪਰ ਵੰਦੀ ਹੋਈ ਕਾਰਵਾਈ ਕੀਤੀ ਜਾਵੇ ਅਤੇ ਸਾਡਾ ਮੁਆਵਜ਼ਾ ਵੀ ਸਾਨੂੰ ਦਿੱਤਾ ਜਾਵੇ। ਸਾਡੇ ਨਾਲ ਗੱਲ ਕਰਦੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀ ਮੱਕੀ ਦੀ ਫਸਲ ਅਤੇ ਕੁਝ ਪਾਲਤੂ ਸੂਰਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ, ਅੱਧੇ ਨਾਲੋਂ ਜ਼ਿਆਦਾ ਖੇਤ ਇਹਨਾਂ ਜਾਨਵਰਾਂ ਦੇ ਵੱਲੋਂ ਬਰਬਾਦ ਕਰ ਦਿੱਤੇ ਗਏ ਹਨ। ਤੁਸੀਂ ਦੇਖ ਸਕਦੇ ਹੋ ਪੂਰੇ ਖੇਤ ਵਿੱਚ ਮੱਕੀ ਦੀ ਫਸਲ ਕਿਸ ਤਰ੍ਹਾਂ ਜ਼ਮੀਨ 'ਤੇ ਗਿਰੀ ਹੋਈ ਹੈ। ਆਪਣੀ ਫਸਲ ਦੀ ਰਾਖੀ ਲਈ ਦਿਨ ਰਾਤ ਸਾਨੂੰ ਖੇਤਾਂ ਦੇ ਵਿੱਚ ਰਹਿਣਾ ਪੈਂਦਾ ਹੈ ਕਿਉਂਕਿ ਜੇਕਰ ਅਸੀਂ ਇੱਕ ਮਿੰਟ ਦੇ ਲਈ ਅੱਗੇ ਪਿੱਛੇ ਹੋ ਜਾਈਏ ਤਾਂ ਇਹ ਜਾਨਵਰ ਇੱਕਦਮ ਇਕੱਠੇ ਹੋ ਕੇ ਝੁੰਡ ਬਣਾ ਕੇ ਖੇਤਾਂ ਵਿੱਚ ਵੜ ਜਾਂਦੇ ਹਨ ਅਤੇ ਪੂਰੀ ਫਸਲ ਨੂੰ ਬਰਬਾਦ ਕਰ ਦਿੰਦੇ ਹਨ। ਅਸੀਂ ਇਹਨਾਂ ਪਾਲਤੂ ਜਾਨਵਰਾਂ ਤੋਂ ਬਹੁਤ ਦੁਖੀ ਹਾਂ ਅਤੇ ਅਸੀਂ ਪ੍ਰਸ਼ਾਸਨ ਦੇ ਅੱਗੇ ਅਤੇ ਸਰਕਾਰ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਇਹਨਾਂ ਪਾਲਤੂ ਜਾਨਵਰਾਂ ਅਤੇ ਮਾਲਕਾਂ ਦੇ ਕਾਰਵਾਈ ਕੀਤੀ ਜਾਵੇ, ਸਾਡਾ ਬਣਦਾ ਮੁਆਵਜ਼ਾ ਵੀ ਸਾਨੂੰ ਦਿੱਤਾ ਜਾਵੇ। ਇਸ ਸੰਬੰਧੀ ਵਿੱਚ SDM ਨੰਗਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਪਰ ਸਾਡੇ ਕੋਲ ਇਸ ਸੰਬੰਧੀ ਕੋਈ ਸ਼ਿਕਾਇਤ ਹਾਲੇ ਤੱਕ ਨਹੀਂ ਪ੍ਰਾਪਤ ਹੋਈ ਹੈ। ਜਿਉਂ ਹੀ ਸਾਨੂੰ ਇਹ ਸੰਬੰਧੀ ਸ਼ਿਕਾਇਤ ਮਿਲ ਜਾਵੇਗੀ ਤਾਂ ਉਸੀ ਸਮੇਂ ਸਾਡੇ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ। ਪਰ ਉਹ ਆਨਾਕਾਨੀਆਂ ਕਰ ਰਹੀ ਵੀ ਇਹ ਸਾਡੇ ਨਹੀਂ ਹੈਗੇ, ਜੰਗਲੀ ਹੈ, ਜੰਗਲੀ ਸੂਰ ਤਾਂ ਦਿਨ ਨੂੰ ਕਦੇ ਵੀ ਖੜਦਾ ਨਹੀਂ ਹੈਗਾ, ਇਹਨਾਂ ਨੂੰ ਤਾਂ ਹੁਣ ਵੀ ਆਹ ਚਾਚਾ ਜੀ ਨੇ 10 ਮਿੰਟ ਹੋਏ ਆ ਹੁਣ ਵੀ ਖੇਤਾਂ 'ਚੋਂ ਭਜਾਏ ਹੈ, ਸਾਡੇ ਮਿਸਿਸ ਸਵੇਰ ਦੇ ਇੱਥੇ ਬੈਠੇ ਹੋਏ ਹੈ, ਬਹੁਤ ਜ਼ਿਆਦਾ ਤੰਗ ਕਰਤਾ ਜੀ ਇਹਨਾਂ ਨੇ। ਠੀਕ ਹੈ ਜੀ, ਇਹ ਦੋਨਾਂ ਬੰਦਿਆਂ ਦੇ ਸੂਰ ਹੈ ਜੀ, ਚਾਹੇ ਬੰਬ ਚਲਾਈ ਜਾਈਏ ਅਸੀਂ, ਚਾਹੇ ਕੋਲੇ ਘੁੰਮੀ ਜਾਈਏ, ਕੁੱਤਿਆਂ ਨੂੰ ਵੀ ਉਲਟਾ ਇਹ ਖਾਣ ਨੂੰ ਪੈ ਰਿਹਾ, ਅਗਰ ਕਿਸੇ ਦਾ ਕੋਈ ਕੁੱਤਾ ਵੀ ਲੈ ਕੇ ਆਈਏ ਕੱਢਣ ਨੂੰ ਉਹਨਾਂ ਨੂੰ ਵੀ ਖਾਣ ਨੂੰ ਪੈ ਰਿਹਾ ਜੀ। ਠੀਕ ਹੈ, ਬੇਨਤੀ ਹੈ ਵੀ ਇਹਨਾਂ ਨੂੰ ਬੰਦਿਆਂ ਨੂੰ ਕਹਿ ਕੇ ਇਹਨਾਂ ਦੇ ਸੂਰਾਂ ਨੂੰ ਨੱਥ ਪਾਈ ਜਾਵੇ, ਪਲੱਸ ਜੋ ਨੁਕਸਾਨ ਕੀਤਾ ਉਹ ਇਹਨਾਂ ਤੋਂ ਭਰਵਾਇਆ ਜਾਵੇ। ਠੀਕ ਹੈ, ਤਕਰੀਬਨ ਕਿੰਨਾ ਕੁ ਨੁਕਸਾਨ ਹੈ? ਤਕਰੀਬਨ ਜੀ ਹਰ ਬੰਦੇ ਕੋਲੇ 2-2-3-3 ਕਨਾਲ ਜਗ੍ਹਾ ਏ, ਸਾਰਿਆਂ ਦੀ ਅੱਧੇ ਤੋਂ ਜ਼ਿਆਦਾ ਇਹਨਾਂ ਸੂਰਾਂ ਨੇ ਹਰੇਕ ਬੰਦੇ ਦੀ 2-2-2.5-2.5 ਕਨਾਲ ਜਗ੍ਹਾ ਖਰਾਬ ਕਰਤੀ ਹੈ। ਠੀਕ, ਨਾ ਤਾਂ ਇਹ ਪਸ਼ੂਆਂ ਦੇ ਖਾਣ ਦੇ ਲਾਇਕ ਰਿਹਾ ਜੀ, ਨਾ ਬੰਦਿਆਂ ਦੇ ਖਾਣ ਦੇ ਲਾਇਕ ਛੱਡੀ ਹੈ ਇਹਨਾਂ ਨੇ, ਨਾਲ ਬੱਚੇ ਹੈ, ਖੁੱਲ੍ਹੇ ਸੂਰ ਘੁੰਮ ਰਹੇ ਆ ਸ਼ਰੇਆਮ। ਠੀਕ ਹੈ, ਕਹਿਣ ਦੇ ਉੱਤੇ ਮੰਨ ਨਹੀਂ ਰਹੇ ਆ ਵੀ ਇਹ ਕਹਿੰਦੇ ਸਾਡੇ ਹੈ ਨਹੀਂ ਹੈ, ਬਿਲਕੁਲ ਸਾਡੇ ਹੈ ਨਹੀਂ, ਜੰਗਲੀ ਦੱਸਦੇ। ਆ ਦੇਖੋ ਜੀ ਹੁਣ ਵੀ ਖੇਤਾਂ ਦੇ ਵਿੱਚ ਹੀ ਹੈ, ਬੰਬ ਚਲਾ ਰਹੇ ਹੈ ਅਤੇ ਭੱਜ ਨਹੀਂ ਰਹੇ, ਦਿਨੇ ਹੀ ਨਹੀਂ ਭੱਜ ਰਹੇ, ਰਾਤ ਤਾਂ ਬਹੁਤ ਦੂਰ ਦੀ ਗੱਲ ਹੈ ਜੀ, ਰਾਤ ਨੂੰ ਤਾਂ ਬਿਲਕੁਲ ਵੀ ਡਰਦੇ ਨਹੀਂ ਹੈਗੇ। ਜਿੱਦਾਂ ਹੁਣ ਤਾਂ ਦਿਨ ਦੀ ਗੱਲ ਕਰੀਏ, ਜੇ ਰਾਤ ਦਾ ਸਮਾਂ ਵੀ ਕਿੱਦਾਂ ਟਾਈਮ ਪਾਉਂਦੇ ਜੀ? ਬੈਠ ਕੇ ਟਾਈਮ ਕੱਢੀ ਦਾ ਜੀ, ਅੱਗੇ ਪਿੱਛੇ ਅਸੀਂ ਜਾ ਨਹੀਂ ਸਕਦੇ, ਇਕੱਲਾ ਬੰਦਾ ਨਿਕਲ ਨਹੀਂ ਸਕਦਾ ਹੈ, ਖਾਣ ਨੂੰ ਪੈਂਦੇ ਆ, ਟੱਕਰਾਂ ਮਾਰਦੇ ਹੈ, ਬਹੁਤ ਮੁਸ਼ਕਿਲ ਹੈ ਜੀ, 2-2-3-3 ਬੰਦੇ ਇਕੱਠੇ ਹੋ ਕੇ ਬੈਠੀ ਦਾ ਜਿੱਥੇ ਵੀ ਬੈਠੀ ਦਾ। ਠੀਕ ਠੀਕ, ਹਾਂਜੀ, ਕਿਆ ਨਾਮ ਜੀ? ਮਦਨ ਲਾਲ ਜੀ। ਮਦਨ ਲਾਲ ਜੀ, ਦੱਸਿਓ ਅੱਜ ਦਿਨ ਦੇ ਸਮੇਂ ਵੀ ਖੇਤਾਂ ਵਿੱਚ ਘੁੰਮਿਆ ਕਰਦੇ, ਕਿਆ ਕਾਰਨ ਹੋਇਆ? ਕਾਰਨ ਇਹ ਹੈ ਜੀ, ਸੂਰ ਪੈਂਦੇ ਇਹ ਜਿਹੜੇ ਘਰੋਖੜ ਸੂਰ ਰੱਖੇ ਵੇ ਇਹ ਪੈਂਦੇ ਆ ਜੀ। ਅੱਛਾ, ਪਿਛਲੇ ਅੱਧੇ ਘੰਟੇ ਸਮਝ ਲਓ ਵੀ ਕਨੈਲ ਜਗ੍ਹਾ ਸਾਫ਼ ਕਰ ਜਾਂਦੇ ਹੋ। ਕਿਆ ਲਾਇਆ ਵਾ? ਕਿਆ ਹੈ? ਮੱਕੀ ਹੈ ਜੀ ਲਾਈ ਵੀ। ਅੱਛਾ, ਹਾਂਜੀ, ਕਿੰਨੇ ਕਿੰਨੇ ਏਰੀਆ ਖਾ ਗਏ? ਏਰੀਆ ਕਨੈਲ ਤੇ ਉੱਪਰ ਚੱਕ ਗਏ ਹੁਣੇ। ਹਾਂ ਹਾਂਜੀ, ਤੁਸੀਂ ਆ ਕੇ ਦੇਖਿਆ ਤਾਂ ਕਿੰਨੇ ਕੁ ਸੂਰ ਵੀ ਦੇਖਿਆ ਤੁਸੀਂ? ਹਾਂਜੀ ਹਾਂਜੀ, ਦੇਖਿਆ ਜੀ। ਕਿੰਨੇ ਕੁ? 3 ਨਗ ਬੜੇ ਤੇ ਜੀ, ਤਾਂ 6 ਬੱਚੇ ਛੋਟੇ ਦੇ। ਹਾਂ, ਤਾਂ ਫਿਰ ਨਠਾ ਨਠਾਏ ਭਜਾਏ ਆ ਫਿਰ? ਹਾਂ, ਭਜਾਏ ਤਾਂ ਕੱਢੇ ਹੋ?
ਅੱਛਾ ਹਾਂਜੀ ਖਾਣ ਨੂੰ ਵੀ ਕਹਿੰਦੇ ਆ ਪੈਂਦੇ ਆ ਜੀ ਖਾਣ ਨੂੰ ਇਹ ਕੁੱਤੀ ਸਾਡੇ ਨਾਲ ਉਹ ਜਿਹੜੀ ਬੰਟੂ ਵਾਲੀ ਕੁੱਤੀ ਛੋਟੀ ਜਿਹੀ ਉਹ ਮਗਰ ਭੱਜੀ ਹੁੰਦਾ ਕੁੱਤੀ ਦਾ ਮਗਰ ਸਪੀਡ ਲਾਈ ਉਹ ਜੇ ਕੁੱਤੇ ਨਾ ਸੀ ਹੁੰਦੇ ਤਾਂ ਕੁੱਤੀ ਖਾ ਲੈਣੀ ਸੀ ਇਹ ਕਿਆ ਜੰਗਲੀ ਹੈ ਕਿ ਪਾਲਤੂ ਹੈ ਇਹ ਪਾਲਤੂ ਹੈ ਜੀ ਅੱਛਾ ਹਾਂਜੀ ਅਤੇ ਕਿਆ ਹੁਣ ਮੰਗ ਕਰਦੇ ਹੋ ਸਾਡੇ ਬੰਦੇ ਮੰਗ ਇਹ ਕਰਦੇ ਆ ਜੀ ਵੀ ਸਾਨੂੰ ਜਿਹੜਾ ਨੁਕਸਾਨ ਚੱਲਦਾ ਹੋਵੇ ਉਹ ਦਿੱਤਾ ਜਾਵੇ ਮੰਗ ਇਹ ਕਰਦੇ ਅਤੇ ਤਾਂ ਦੂਜੀ ਗੱਲ ਇਹ ਆ ਵੀ ਇਹਨਾਂ ਨੂੰ ਸਾਂਭਿਆ ਜਾਣ ਠੀਕ ਹੈ ਇਹਨਾਂ ਨੂੰ ਆਪਣੇ ਬੰਨ੍ਹ ਕੇ ਰੱਖਣ ਹਾਂ ਜਾਂ ਵਿਹਲਾ ਹੋਵੇ ਟਾਈਮ ਤਾਂ ਕੋਈ ਛੱਡੀ ਜਾਣ ਅਸੀਂ ਕਿਹੜਾ ਨਾ ਦਿੰਦੇ ਜੇ ਖੇਤ ਵਿਹਲੇ ਆ ਫਿਰ ਛੱਡੀ ਜਾਣ ਫਿਰ ਸਾਨੂੰ ਕੋਈ ਤਕਲੀਫ ਨਹੀਂ ਹੈ ਖੇਤਾਂ ਨੂੰ ਦੂਰੀ ਰੱਖਣੇ ਇਹਨਾਂ ਨੂੰ ਹਾਂਜੀ ਮੇਰੇ ਧਿਆਨ 'ਚ ਇਹ ਮਸਲਾ ਜੀ ਤੁਹਾਡੇ ਵੱਲੋਂ ਹੀ ਪਹਿਲੀ ਵਾਰੀ ਲਿਆਇਆ ਗਿਆ ਫਿਲਹਾਲ ਇਸ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਪਰ ਜਿਹਨਾਂ ਪਿੰਡਾਂ ਦੇ ਵਿੱਚ ਅਜਿਹਾ ਨੁਕਸਾਨ ਦੀ ਸ਼ਿਕਾਇਤ ਮਿਲਦੀ ਹੈ ਉੱਧਰ ਪੰਚਾਇਤਾਂ ਵਿਭਾਗ ਦੇ ਰਾਹੀਂ ਜੋ ਹੈ ਕਾਰਵਾਈ ਕਰ ਦਿੱਤੀ ਜਾਏਗੀ ਜੀ ਦੇਖੋ ਇਟਸ ਪ੍ਰਾਈਵੇਟ ਇਸ਼ੂ ਵੈਸੇ ਅਗਰ ਜਿਹੜੇ ਜਾਨਵਰ ਅਗਰ ਲੋਕਲ ਬਾਹਰ ਦੇ ਫਿਰਦੇ ਹੋਣ ਉਹਨਾਂ ਵਾਸਤੇ ਤਾਂ ਪੰਚਾਇਤਾਂ ਵਿਭਾਗ ਦੇ ਕੋਲ ਹੈ ਪਾਵਰਸ ਕਰਨ ਦੀਆਂ ਅਤੇ ਇਹਦੇ ਬਾਰੇ ਇੱਕ ਵਾਰੀ ਅਲਰਟ ਕੁਛ ਹੈ ਕਿ ਜੇ ਪ੍ਰਾਈਵੇਟ ਜਾਨਵਰ ਨੇ ਜੇਕਰ ਉਹ BDPO ਦੇ ਐਮਬਿਟ ਦੇ ਅੰਦਰ ਆਉਂਦੇ ਤਾਂ ਉਹਨਾਂ ਤੋਂ ਕਾਰਵਾਈ ਕਰਵਾਈ ਜਾਂਦੀ